ਐਕਟਰ ਕਮ ਸਿੰਗਰ ਐਮੀ ਵਿਰਕ, ਜਿਨ੍ਹਾਂ ਨੇ ਰੀਸੈਂਟਲੀ ਰਿਲੀਜ਼ ਹੋਈ ਬਾਇਓਪਿਕ ਹਰਜੀਤਾ ਦੇ ਵਿੱਚ ਹਾਕੀ ਪਲੇਅਰ ਹਰਜੀਤ ਸਿੰਘ ਤੁਲੀ ਦੇ ਕਿਰਦਾਰ ਨੂੰ ਨਿਭਾਇਆ ਸੀ, ਉੱਥੇ ਉਹਨਾਂ ਨੇ ਇਸ ਰੋਲ ਅਤੇ ਫਿਲਮ ਦੇ ਲਈ ਬਹੁਤ ਹੀ ਮਿਹਨਤ ਵੀ ਕੀਤੀ ਸੀ, ਜਿਹੜੀ ਕਿ ਉਹਨਾਂ ਦੀ ਅਦਾਕਾਰੀ ਦੇ ਨਾਲ ਨਾਲ ਉਹਨਾਂ ਦੀ ਬੋਡੀ ਦੇ ਵਿੱਚ ਵੀ ਨਜ਼ਰ ਆਈ ਸੀ। ਅਤੇ ਲੱਗਦਾ ਹੈ ਕਿ ਐਮੀ ਵਿਰਕ ਆਪਣੀ ਬੋਡੀ ਨੂੰ ਲੈ ਕੇ ਅਤੇ ਆਪਣੀ ਫਿਟਨੈਸ ਨੂੰ ਲੈ ਕੇ ਬਹੁਤ ਹੀ ਸੀਰੀਅਸ ਨੇ, ਜਿਸ ਦਾ ਪ੍ਰੂਫ ਹੈ ਉਹਨਾਂ ਦੀ ਇਹ ਰੀਸੈਂਟ ਨਿਊਜ਼। ਵੈਲ ਜੀ, ਨਿਊਜ਼ ਇਸ ਤਰ੍ਹਾਂ ਹੈ ਕਿ ਐਮੀ ਵਿਰਕ ਜੋ ਕਿ ਇਸ ਵਕਤ ਹੇਮਕੁੰਡ ਸਾਹਿਬ ਦੀ ਯਾਤਰਾ ਕਰ ਰਹੇ ਨੇ, ਉਹ ਇੰਨੇ ਫਿਟਨੈਸ ਫਰੀਕ ਨੇ ਕਿ ਆਪਣੇ ਇੱਕ ਜਿਮਿੰਗ ਸੈਸ਼ਨ ਦੇ ਲਈ ਉਹ ਸਪੈਸ਼ਲੀ ਰਿਸ਼ੀਕੇਸ਼ ਰੁਕੇ ਸੀ। ਵੈਲ ਜੀ, ਇਹ ਪਹਿਲੀ ਵਾਰ ਨਹੀਂ ਹੈ ਕਿ ਐਮੀ ਵਿਰਕ ਨੇ ਇਹੋ ਜਿਹੀਆਂ ਫਿੱਟ ਬੋਡੀ ਵਾਲੀਆਂ ਅਤੇ ਇੰਸਪਾਇਰਿੰਗ ਪਿਕਚਰਸ ਸ਼ੇਅਰ ਕੀਤੀਆਂ ਹੋਣ। ਇਸ ਤੋਂ ਪਹਿਲਾਂ ਐਮੀ ਵਿਰਕ ਨੇ ਰਾਜਵਰਧਨ ਰਾਠੌਰ ਦੇ ਫਿਟਨੈਸ ਚੈਲੰਜ ਨੂੰ ਐਕਸੈਪਟ ਕਰਦੇ ਹੋਏ ਇਹ ਵੀਡੀਓ ਸ਼ੇਅਰ ਕੀਤੀ ਸੀ। ਵੈਲ ਜੀ, ਐਮੀ ਵਿਰਕ ਦੀਆਂ ਇਹਨਾਂ ਪਿਕਚਰਸ ਤੋਂ ਤਾਂ ਇੱਕੋ ਹੀ ਗੱਲ ਪ੍ਰੂਫ ਹੁੰਦੀ ਹੈ ਵੀ ਕਿਸੇ ਵੀ ਕੰਮ ਲਈ ਹਾਰਡ ਵਰਕ, ਪੈਸ਼ਨ ਅਤੇ ਮਿਹਨਤ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਸੋ ਫਰੈਂਡਸ, ਹੁਣ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿ ਤੁਹਾਡਾ ਕੀ ਕਹਿਣਾ ਹੈ ਐਮੀ ਵਿਰਕ ਦੀਆਂ ਇਹਨਾਂ ਪਿਕਚਰਸ ਬਾਰੇ। ਅਤੇ ਇਹੋ ਜਿਹੀਆਂ ਹੋਰ ਇੰਟਰਸਟਿੰਗ ਬਾਲੀਵੁੱਡ ਐਂਡ ਬਾਲੀਵੁੱਡ ਨਿਊਜ਼ ਵੇਖਣ ਲਈ ਸਾਡੇ ਗਬਰੂ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। gabru.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਚ।